ਐਸਐਮਈ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਕੈਬਨਿਟ ਦੀ ਲਿਸਟ ਆ ਉਹ ਲਗਭਗ ਤਿਆਰ ਹੋ ਚੁੱਕੀ ਹੈ ਹਾਲਾਂਕਿ ਤਿੰਨ ਵਾਰ ਦੀ ਜਿਹੜੀ ਮੀਟਿੰਗ ਹੈ ਹਾਈ ਕਮਾਂਡ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਕੇ ਆਉਂਦੇ ਨੇ ਤੇ ਬੀਤੀ ਰਾਤ ਵੀ ਜਿਹੜੀ ਮੀਟਿੰਗ ਆ ਉਹ 2 ਵਜੇ ਤੱਕ ਚੱਲਦੀ ਰਾਹੁਲ ਗਾਂਧੀ ਦੇ ਨਾਲ ਸੋ ਇੱਕ ਲੰਬੀ ਮੀਟਿੰਗ ਤੋਂ ਬਾਅਦ ਅੱਧੀ ਰਾਤ ਦੀ ਮੀਟਿੰਗ ਤੋਂ ਬਾਅਦ ਜਿਹੜੀ ਹਰੀ ਝੰਡੀ ਆ ਜਿਹੜੀ ਰਾਹੁਲ ਗਾਂਧੀ ਵੱਲੋਂ ਕੈਬਨਿਟ ਦੀ ਲਿਸਟ ਨੂੰ ਦੇ ਦਿੱਤੀ ਜਾਂਦੀ ਹੈ ਹਾਲਾਂਕਿ ਆਪ ਜਿਹੜੇ ਰਾਹੁਲ ਗਾਂਧੀ ਨੂੰ ਹਿਮਾਚਲ ਵੱਲ ਰਵਾਨਾ ਹੋ ਚੁੱਕੇ ਨਜਰਮਲ ਹਿਮਾਚਲ ਦਾ ਜਿਹੜਾ ਟੂਰ ਆ ਰਾਹੁਲ ਗਾਂਧੀ ਕਰ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜ਼ਿਕਰ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਸਿੱਧਾ ਚੰਡੀਗੜ੍ਹ ਤੇ ਲਈ ਆਉਂਦੇ ਨੇ ਚੰਡੀਗੜ੍ਹ ਤੇ ਆਉਣ ਤੋਂ ਬਾਅਦ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਲਿਸਟ ਆ ਉਹ ਸਾਹਮਣੇ ਆਉਂਦੀ ਆ ਸਾਹਮਣੇ ਲਿਸਟ ਦੇ ਵਿੱਚ ਨਾਮ ਜਿਨ੍ਹਾਂ ਦੀ ਐਂਟਰੀ ਹੋ ਸਕਦੀ ਹੈ ਸੱਤ ਵੱਡੇ ਨਾਮ ਨੇ ਜਿਨ੍ਹਾਂ ਦੇ ਵਿੱਚ ਯੂਥ ਦੇ ਚਿਹਰੇ ਨੇ ਜਿਹੜੇ ਉਹ ਕਾਫੀ ਦੇਖਣ ਨੂੰ ਮਿਲ ਸਕਦੇ ਨੇ ਜੇਕਰ ਗੱਲ ਗੱਲ ਕਰੀਏ ਤਾਂ ਰਾਜਾ ਵੜਿੰਗ ਰਾਜਾ ਵੜਿੰਗਨ ਜੋ ਕਿ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਤੇ ਲਗਾਤਾਰ ਐਮਐਲਏ ਬਣਦੇ ਆ ਰਹੇ ਨੇ ਗਿੱਦੜ ਬਾਹਾ ਤੋਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਡਾਕਟਰ ਰਾਜਕੁਮਾਰ ਵੇਰਕਾ ਪਿਛਲੇ 4.5 ਸਾਲਾਂ ਤੋਂ ਜਦ ਵੀ ਕੈਬਨਿਟ ਦੀ ਰੀਸ਼ਫਲ ਦੀ ਗੱਲ ਆਈ ਹੈ ਤਾਂ ਡਾਕਟਰ ਰਾਜਕੁਮਾਰ ਵੇਰਕਾ ਦਾ ਜਿਹੜਾ ਨਾਮ ਹੈ ਉਹ ਲਗਾਤਾਰ ਚਮਕਦਾ ਰਿਹਾ ਹਾਲਾਂਕਿ ਕੋਈ ਵੀ ਜਿਹੜੀ ਜਗ੍ਹਾ ਰਾਜਕੁਮਾਰ ਵੇਰਕਾ ਨੂੰ ਅਜੇ ਤੱਕ ਨਹੀਂ ਮਿਲੀ ਸੀ ਪਰ ਕਿਤੇ ਨਾ ਕਿਤੇ ਅੱਜ ਜਿਹੜੀ ਜਗ੍ਹਾ ਕੈਬਨਿਟ ਦੇ ਵਿੱਚ ਉਹ ਮਿਲ ਸਕਦੀ ਹੈ ਹਾਲਾਂਕਿ ਕੈਬਨਿਟ ਰੈਂਕ ਜ਼ਰੂਰ ਡਾਕਟਰ ਰਾਜਕੁਮਾਰ ਵੇਰਕਾ ਕ ਕੈਬਨਿਟ ਦਾ ਹਿੱਸਾ ਹੋ ਜਿਤੱਕ 4.5 ਸਾਲ ਬੀਤ ਚੰਨ ਦੇ ਬਾਵਜੂਦ ਵੀ ਉਹਨਾਂ ਨੂੰ ਕਿਤੇ ਕੈਬਨਿਟ ਦੇ ਵਿੱਚ ਜਿਹੜੀ ਜਗ੍ਹਾ ਨਹੀਂ ਮਿਲਦੀ ਹੈਗੀ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸੰਗਤ ਸਿੰਘ ਗਿਲਜ਼ੀਆਂ ਸੰਗਤ ਸਿੰਘ ਗਿਲਜ਼ੀਆਂ ਨੇ ਜੋ ਕਿ ਲਗਾਤਾਰ ਆਵਾਜ਼ ਚੁੱਕਦੇ ਆਏ ਨੇ ਕਿ OBC ਵਰਗ OBC ਵਰਗ ਨੂੰ ਜਿਹੜੀ ਹੈ ਕੈਬਨਿਟ ਦੇ ਵਿੱਚ ਜਿਹੜਾ ਹਿੱਸਾ ਨਹੀਂ ਮਿਲਿਆ ਹੈਗਾ OBC ਵਰਗ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਹੈ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਵਾਜ਼ ਚੱਕੀ ਸੀ ਕਿ ਕਿਤੇ ਨਾ ਕਿਤੇ ਇਸ ਦਾ ਖਮਿਆਜਾ ਜਿਹੜਾ ਉਹ ਭੁਗਤਣਾ ਉਹ ਪੈ ਸਕਦਾ ਹੈ ਸੋ ਸੰਗਤ ਸਿੰਘ ਗਿਲਜ਼ੀਆਂ ਦਾ ਜਿਹੜਾ ਨਾਮ ਆ ਉਹ ਸਾਹਮਣੇ ਆ ਰਿਹਾ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਪ੍ਰਗਟ ਸਿੰਘ ਦੀ ਪ੍ਰਗਟ ਸਿੰਘ ਦਾ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਚੰਦਜੀਤ ਸਿੰਘ ਚੰਨੀ ਮਨ ਮੁੱਖ ਮੰਤਰੀ ਬਣਦੇ ਨੇ ਤਾਂ ਲਗਾਤਾਰ ਪ੍ਰਗਤ ਸਿੰਘ ਦਾ ਜਿਹੜਾ ਨਾਮ ਹੈ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਆ ਰਿਹਾ ਹੈ ਕਹਿ ਰਹੇ ਨੇ ਕਿ ਖੇਡ ਮੰਤਰੀ ਜਿਹੜਾ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਗੁਰਕੀਰਤ ਕੋਟਲੀ ਜੇਕਰ ਗੱਲ ਕੈਬਨਿਟ ਦੀ ਹੋਵੇ ਤਾਂ ਬਿਆਨ ਸਿੰਘ ਪਰਿਵਾਰ ਦੇ ਵਿੱਚੋਂ ਜਿਹੜੇ ਗੁਰਕੀਰਤ ਸਿੰਘ ਕੋਟਲੀ ਆਉਂਦੇ ਨੇ ਤਾਂ ਖੰਨਾ ਤੋਂ ਵਿਧਾਇਕ ਵੀ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੈਬਨਿਟ ਦੇ ਵਿੱਚ ਇੱਕ ਜਗ੍ਹਾ ਉਹ ਮਿਲ ਸਕਦੀ ਹੈ ਤੇ ਨਾਲ ਹੀ ਇਹਨਾਂ ਦੇ ਕੁਲਜੀਤ ਸਿੰਘ ਨਾਗਰਾ ਹਾਲਾਂਕਿ ਕਾਰਜਕਾਰੀ ਪ੍ਰਧਾਨ ਰਹੇ ਨੇ ਚੱਲ ਰਹੇ ਨੇ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਨੇ ਹਾਈ ਕਮਾਂਡ ਦੇ ਨਾਲ ਸਿੱਧੀ ਗੱਲਬਾਤ ਹੈ ਕੁਲਜੀਤ ਸਿੰਘ ਨਾਗਰਾ ਦੀ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਸੋ ਇਹ ਸੱਤ ਨਾਮ ਨੇ ਸੱਤ ਨਾਮਾ ਨੂ ਕਿਤੇ ਨਾ ਕਿਤੇ ਜਗ੍ਹਾ ਇਹ ਨਵੇਂ ਚਿਹਰੇ ਨੇ ਇਹ ਲਿਸਟ ਹੈ ਹੋ ਤੈ ਹੋ ਚੁੱਕੀ ਹੈ ਹਾਲਾਂਕਿ ਜਿਹੜਾ ਆਫੀਸ਼ੀਅਲੀ ਅਨਾਉਂਸਮੈਂਟ ਆ ਉਹ ਹਲੇ ਹੋਣੀ ਬਾਕੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਛੁੱਟੀ ਛੁੱਟੀ ਕਿਹੜੇ ਕਿਹੜੇ ਮੰਤਰੀਆਂ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਚਰਚਿਤ ਬਲਵੀਰ ਸਿੰਘ ਸਿੱਧੂ ਲਗਾਤਾਰ ਸਕੈਮ ਦਾ ਨਾਮ ਲੱਗਦਾ ਹੈ ਕਿ ਸਕੈਮ ਗੋਲੀਆਂ ਘਟਾਲਾ ਫਤੇ ਕਿਟ ਦਾ ਹੋਵੇ ਹੋਰ ਵੈਕਸੀਨ ਨੂੰ ਲੈ ਕੇ ਜਿਹੜੇ ਵੱਡੇ ਵੱਡੇ ਜਿਹੜੇ ਘਟਾਲੇ ਨੇ ਸਕੈਮ ਨੇ ਉਹ ਬਲਵੀਰ ਸਿੱਧੂ ਦੇ ਨਾਮ ਲੱਗਦੇ ਆਏ ਨੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਨੇ ਹੈਲਥ ਮਨਿਸਟਰ ਰਹੇ ਹੋਏ ਨੇ ਮੋਹਾਲੀ ਤੋਂ ਐਮਐਲਏ ਸਨ ਹਨ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਸੁੰਦਰ ਸ਼ਾਮ ਅਰੋੜਾ ਜੋ ਕਿ ਇੰਡਸਟਰੀ ਅ ਇੰਡਸਟਰੀ ਦੇ ਡਿਪਾਰਟਮੈਂਟ ਨਾਲ ਸੰਬੰਧਨ ਨੇ ਦੁਆਬੇ ਤੋਂ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਵੀ ਛੁੱਟੀ ਹੈ ਜਿਹੜੀ ਇਸ ਕੈਬਨਿਟ ਦੇ ਵਿੱਚੋਂ ਹੋ ਸਕਦੀ ਹੈ ਤੇ ਨਾਲ ਹੀ ਗੱਲ ਕਰੀਏ ਸਾਧੂ ਸਿੰਘ ਧਰਮਸੋਤ ਸਾਧੂ ਸਿੰਘ ਧਰਮਸੋਤ ਦਾ ਨਾ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਆਇਆ ਹੈ ਸਿਕਸ ਸਕਾਲਰਸ਼ਿਪ ਨੂੰ ਲੈ ਕੇ ਕਾਫੀ ਵਿਵਾਦਾਂ ਦੇ ਵਿੱਚ ਘੇਰੇ ਦੇ ਵਿੱਚ ਰਿਹਾ ਹਾਲਾਂਕਿ ਕਲੀਨ ਚੇਟ ਜਰੂਰ ਮਿਲੀ ਸਾਧੂ ਸਿੰਘ ਧਰਮਸੋਤ ਨੂੰ ਪਰ ਕਿਤੇ ਨਾ ਕਿਤੇ ਵਿਵਾਦਾਂ ਦੇ ਘੇਰੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਲਗਾਤਾਰ 4.5 ਸਾਲਾਂ ਦੇ ਵਿੱਚ ਨਜ਼ਰ ਆਏ ਹਨ ਤਾਂ ਉਹਨਾਂ ਦੀ ਵੀ ਕਿਤੇ ਨਾ ਕਿਤੇ ਛੁੱਟੀ ਹੋ ਸਕਦੀ ਹੈ ਗੁਰਪ੍ਰੀਤ ਸਿੰਘ ਕਾਗੜ ਮਾਲਮંત્રી ਰਹਿਣੇ ਮਾਲਮંત્રી ਰਹਿਣ ਤੋਂ ਬਾਅਦ ਦੇ ਵਿੱਚ ਹੁਣ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇ ਦੀ ਛੁੱਟੀ ਆ ਉਹ ਲਗਭਗ ਤਿਆ ਰਾਣਾ ਗੁਰਮੀਤ ਸਿੰਘ ਸੋਢੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਮ ਸਪੋਰਟਸ ਮਿਨਿਸਟਰ ਰਹੇ ਨੇ ਤਾ ਕਿਤਨਾ ਕਿਤੇ ਉਹਨਾਂ ਦਾ ਵੀ ਜਿਹੜਾ ਘਟਾਲਿਆਂ ਦੇ ਵਿੱਚ ਨਾਮ ਜ਼ਮੀਨਾਂ ਦੇ ਨਾਲ ਨਾਮ ਜਿਹੜਾ ਜੁੜਦਾ ਆ ਹਾਲਾਂਕਿ ਸ਼ਰਾਬ ਫੈਕਟਰੀ ਦਾ ਵੀ ਕਾਫੀ ਮੁੱਦਾ ਜਿਹੜਾ ਰਾਣਾ ਗੁਰਮੀ ਸ਼ੋਟੀ ਦੇ ਵੱਲ ਉਂਗਲਾਂ ਚੱਕ ਦਾ ਨਜ਼ਰ ਆਇਆ ਕਿ ਕਿਸ ਤਰ੍ਹਾਂ ਨਾਲ ਸ਼ਰਾਬ ਦੀਆਂ ਫੈਕਟਰੀਆਂ ਬਣਦੀਆਂ ਨਜ਼ਰ ਆਈਆਂ ਨੇ ਤਾਂ ਕਿਤਨਾ ਕਿਤੇ ਵਿਵਾਦਾਂ ਦੇ ਵਿੱਚ ਕੀਰੇ ਰਾਣਾ ਸ਼ੋਟੀ ਵੀ ਆਏ ਨੇ ਤਾਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਬਾਹਰ ਦਾ ਰਸਤਾ ਦਿਖ ਸਕਦਾ ਹੈ ਸੋ ਇਹ ਵੱਡੇ ਨਾਮ ਨੇ 5 ਜਿਹੜੇ ਵੱਡੇ ਨਾਮ ਨੇ ਉਹ ਕੈਬਨਿਟ ਦੇ ਵਿੱਚੋਂ ਬਾਹਰ ਨਿਕਲ ਸਕਦੇ ਨੇ ਤੇ ਸੱਤ ਨਾਮਾਂ ਦੀ ਨਵਿਆਂ ਦੀ ਐਂਟਰੀ ਹੋ ਸਕਦੀ ਹੈ ਜਿਨ੍ਹਾਂ ਦੇ ਵਿੱਚ ਯੂਥ ਦਾ ਬੇਹੱਦ ਇੱਕ ਹਿੱਸਾ ਜਿਹੜਾ ਯੋਗਦਾਨ ਆ ਉਹ ਇਸ ਨਵੀਂ ਕੈਬਨਿਟ ਦੇ ਵਿੱਚ ਰਹਿਣ ਵਾਲਾ ਹੈ ਹਾਲਾਂਕਿ ਦੇਖਣਾ ਇਹ ਹੋਵੇਗਾ ਕਿੰਨੀ ਕ ਕੈਬਨਿਟ ਹੈ ਇਹ ਕੰਮ ਕਰਕੇ ਦਿਖਾਉਂਦੀ ਹੈ ਕਿਉਂਕਿ ਚੁਣੌਤੀਆਂ ਬਹੁਤ ਵੱਡੀਆਂ ਨੇ ਤੇ ਸਮਾਂ ਬਹੁਤ ਘੱਟ ਹੈ ਜੇਕਰ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਨਵੇਂ ਮੁੱਖ ਮੰਤਰੀ ਬਣਦੇ ਨੇ ਨਵੇਂ ਮੁੱਖ ਮੰਤਰੀ ਤੋਂ ਬਾਅਦ ਦੇ ਸਾਰ ਹੀ ਕੈਬਨਿਟ ਦੀ ਜਿਹੜੀ ਹਲਚਲ ਆ ਸ਼ੁਰੂ ਹੋ ਜਾਂਦੀ ਹੈ ਕਿ ਕਿਸ ਕਿਹੜੇ ਮੰਤਰੀ ਦੀ ਐਂਟਰੀ ਹੋਵੇਗੀ ਤਾਂ ਅੱਜ ਲਗਭਗ ਜਿਹੜੀ ਲਿਸਟ ਆ ਇਹ ਤੈਹ ਹੋ ਚੁੱਕੀ ਆ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਗਵਰਨਰ ਤੋਂ 12:30 ਵਜੇ ਦਾ ਮਿਲਣ ਦਾ ਜਿਹੜਾ ਸਮਾਂ ਹੈ ਉਹ ਵੀ ਮੰਗ ਲਿਆ ਗਿਆ ਉਹਦੇ ਵਿੱਚ ਦੇਖਦੇ ਆ ਕਿ ਸ਼ਾਇਦ ਕਿਤੇ ਨਾ ਕਿਤੇ ਚੰਨੀ ਸਿੰਘ ਚੰਨੀ ਨੇ ਜਿਹੜੇ ਉਹ ਲਿਸਟ ਲੈ ਕੇ ਜਾ ਸਕਦੇ ਨੇ ਵੀ ਕਿਹੜੇ ਕਿਹੜੇ ਐਮ ਐਲ ਏ ਨੂੰ ਕਿਹੜੇ ਕਿਹੜੇ ਮੰਤਰੀ ਨੂੰ ਹੈ ਜਿਹੜਾ ਇਹ ਇਹ ਡਿਪਾਰਟਮੈਂਟ ਇਹ ਪੋਰਟਫੋਲੀਓ ਦਿੱਤਾ ਜਾ ਸਕਦਾ ਹੈ ਸੋ ਇੱਕ ਇਹਨਾਂ ਦੇ ਸਾਰੇ ਨਾਮਾਂ ਦੇ ਵਿੱਚ ਇੱਕ ਬ੍ਰਹਮਿੰਦਰ ਦਾ ਨਾਮ ਜਿਹੜਾ ਬਹੁਤ ਚਰਚਿਤ ਰਿਹਾ ਹੈ ਕਹਦੇ ਸੀ ਅਨ ਪਿਛਲੇ ਕਿਆਸ ਰਾਈ ਲਗਾਈ ਜਾ ਰਹੀਆਂ ਸਨ ਕਿ ਬ੍ਰਹਮਿੰਦਰ ਨੂੰ ਸਪੀਕਰ ਵੀ ਲਾਨਿਆ ਜਾ ਸਕਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪੋਰਟਫੋਲੀਓ ਦਾ ਚੇਂਜ ਕੀਤਾ ਜਾ ਸਕਦਾ ਤਾਂ ਬ੍ਰਹਮਿੰਦਰਾ ਕਿਤੇ ਨਾ ਕਿਤੇ ਆਪ ਵੀ ਕਿਤੇ ਨਜ਼ਰ ਨਰਾਜ਼ ਨੇ ਜਿਹੜੇ ਉਹ ਦਿਖਾਈ ਦਿੱਤੇ ਸਨ ਕਹਰੇ ਸਨ ਕਿ ਮੈਂ ਕੋਈ ਵੀ ਪੋਰਟਫੋਲੀਓ ਨਹੀਂ ਲਵਾਵਾਂਗਾ ਆਪਣੇ ਹਲਕੇ ਦੇ ਵਿੱਚ ਜਾਵਾਂਗਾ ਕੰਮ ਕਰਾਂਗਾ ਲਗਾਤਾਰ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਇਲੈਕਸ਼ਨਾਂ ਨੂੰ ਤਾਂ ਕਿਤੇ ਨਾ ਕਿਤੇ ਕਹਰੇ ਸਨ ਕਿ ਆਪਣੇ ਹਲਕੇ ਦੇ ਵਿੱਚ ਜ਼ਰੂਰ ਨਜ਼ਰ ਆਉਂਦੇ ਦਿਖ ਸਕਦੇ ਨੇ ਬ੍ਰਹਮਿੰਦਰਾ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਰੁੱਸੇ ਹੋਇਆਂ ਨੂੰ ਮਨਾ ਲਿਆ ਗਿਆ ਹੈ ਹਾਈ ਕਮਾਂਡ ਵੱਲੋਂ ਫੋਨ ਆ ਗਏ ਨੇ ਕਿਹਾ ਗਿਆ ਹੈ ਕਿ ਤੁਸੀਂ ਤਿਆਰੀ ਕਰੋ ਕੋਈ ਵੀ ਪੋਰਟਫੋਲੀਓ ਤੁਹਾਨੂੰ ਮਾੜਾ ਨਹੀਂ ਦਿੱਤਾ ਜਾਵੇਗਾ ਇਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਕਿ ਕਿਹੜੇ-ਕਿਹੜਾ ਪੋਰਟਫੋਲੀਓ ਕਿਹਦੇ-ਕਿਹਦੇ ਕੋਲ ਜਾਂਦਾ ਹੈ ਕਿਉਂਕਿ ਡਿਪਾਰਟਮੈਂਟ ਬਹੁਤ ਹੀ ਅਹਿਮ ਹਨ ਸਾਰੇ ਡਿਪਾਰਟਮੈਂਟ ਹੈ ਜੇਕਰ ਗੱਲ ਕਰੀਏ ਮਾਲ ਦਾ ਦੇਖਿਆ ਜਾਵੇ ਕਿਸ ਕੋਲ ਜਾਂਦਾ ਗੁਰਪ੍ਰੀਤ ਕਾਂਗੜ ਜਿੰਨਾ ਕੋ ਗੁਰਪ੍ਰੀਤ ਕਾਂਗੜ ਕੋਲ ਸੀ ਉਹ ਦੇਖਣਾ ਹੋਵੇਗਾ ਕਿਸ ਕੋਲੇ ਜਾਂਦਾ ਤੇ ਇੰਡਸਟਰੀ ਕਿਸ ਕੋਲ ਜਾਂਦੀ ਹੈ ਸੁੰਦਰ ਸ਼ਾਮ अरोड़ा ਨੇ ਹੈਲਥ ਕਿਸ ਕੋਲ ਜਾਂਦੀ ਹੈ ਇਹ ਦੇਖਣ ਵਾਲੇ ਬਾਕੀ ਹੋਵੇਗਾ ਕਿਉਂਕਿ ਬਹੁਤ ਚੀਜ਼ਾਂ ਨੇ ਪੋਰਟਫੋਲੀਓ ਚੇਂਜ ਹੋਣਗੇ ਜਿਹੜੇ ਪਹਿਲਾਂ ਮੰਤਰੀ ਸਨ ਉਹਨਾਂ ਦੇ ਵੀ ਹੀ ਕਿਤੇ ਨਾ ਕਿਤੇ ਐਕਸਚੇਂਜ ਆ ਉਹ ਹੋ ਸਕਦੀ ਹੈ ਕਿਹੜੇ ਕਿਹੜੇ ਮੰਤਰੀ ਮੰਡਲ ਨੇ ਜਿਹੜੇ ਉਹ ਨਵੇਂ ਵਿਧਾਇਕਾਂ ਨੂੰ ਜਾਂ ਨਵੇਂ ਜਿਹੜੇ ਮੰਤਰੀ ਬਣ ਰਹੇ ਨੇ ਤਾਂ ਉਹਨਾਂ ਨੂੰ ਕਿਹੜੇ ਕਿਹੜੇ ਪੋਰਟਫੋਲੀਓ ਮਿਲਦੇ ਨੇ ਇਹ ਦੇਖਣਾ ਜੇ ਬਾਕੀ ਹੋਵੇਗਾ ਤਾਂ ਇਹ ਵੀ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਨਾਲ ਉਸ ਨੂੰ ਨਿਭਾ ਸਕਦੇ ਨੇ ਜਾਂ ਨਹੀਂ ਇਹ ਵੀ ਹਲੇ ਦੇਖਣਾ ਬਰਕਰਾਰ ਹੈ ਕੈਮਰਾਮੈਨ ਐਸ ਕੇ ਦੇ ਨਾਲ ਮੈਂ ਸਮਰਪੀਤ ਸਿੰਘ ਚੰਡੀਗੜ੍ਹ ਤੋਂ